ਸਥਾਨਕ ਫੇਸ 1 ਵਿੱਚ ਪੁਰਾਣੇ ਕਮਾਡਾ ਦਫ਼ਤਰ ਦੇ ਸਾਹਮਣੇ ਵਾਲੇ ਵੱਡੇ ਸ਼ੈੱਡ ਦੀ ਥਾਂ 'ਤੇ ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਚਲਾਏ ਜਾ ਰਹੇ ਗਊ ਹਸਪਤਾਲ ਦੀ ਇੰਡਸ ਹਸਪਤਾਲ ਵਾਲੇ ਪਾਸੇ ਕੀਤੀ ਗਈ ਦੀਵਾਰ ਨੂੰ ਗਮਾਡਾ ਵੱਲੋਂ ਢਾਏ ਜਾਣ ਦੇ ਖਿਲਾਫ ਪਸ਼ੂ ਹਸਪਤਾਲ ਦੇ ਪ੍ਰਬੰਧਕਾਂ, ਫੇਸ 1 ਮੰਦਰ ਦੇ ਅਹੁਦੇਦਾਰਾਂ ਅਤੇ ਹੋਰਨਾਂ ਵਿਅਕਤੀਆਂ ਵੱਲੋਂ ਮੁੱਖ ਸੜਕ 'ਤੇ ਜਾਮ ਲਗਾ ਕੇ ਪੰਜਾਬ ਸਰਕਾਰ ਅਤੇ ਗਮਾਡਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਗਊ ਹਸਪਤਾਲ ਦੀ ਦੀਵਾਰ ਢਾਉਣ ਵਾਲੇ ਗਮਾਡਾ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਬਾਅਦ ਵਿੱਚ ਥਾਣਾ ਫੇਸ 1 ਦੇ SHO ਵੱਲੋਂ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਗਿਆ ਅਤੇ ਸੜਕ ਜਾਮ ਖੁਲਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਗਮਾਡਾ ਦੀ ਨਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ JCB ਮਸ਼ੀਨ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ ਇੰਡਸ ਹਸਪਤਾਲ ਵਾਲੇ ਪਾਸੇ ਦਾਖਲ ਹੋ ਕੇ ਗਊ ਹਸਪਤਾਲ ਦੀ ਦੀਵਾਰ ਨੂੰ JCB ਮਸ਼ੀਨ ਨਾਲ ਢਾ ਦਿੱਤਾ ਗਿਆ। ਇਸ ਮੌਕੇ ਹਸਪਤਾਲ ਵਿੱਚ ਕੰਮ ਕਰ ਰਹੇ ਵਰਕਰਾਂ ਵੱਲੋਂ ਗਮਾਡਾ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਅਤੇ ਕਾਰਵਾਈ ਰੋਕਣ ਲਈ ਕਿਹਾ ਗਿਆ। ਨਵੀਨ ਨਾਮ ਹੈ ਜੀ ਮੇਰਾ। ਪ੍ਰੋਟੈਸਟ ਇਸ ਵਾਸਤੇ ਜੀ, ਗਮਾਡਾ ਦੇ ਆਪਣਾ ਅਫਸਰ ਆਏ ਸੀਗੇ, JEE ਸਾਹਿਬ ਆਏ ਸੀ, ਨਾਲ ਉਹਨਾਂ ਦੀ ਟੀਮ ਆਈ ਸੀ, ਉਹਨਾਂ ਟਰੱਕ ਤੇ JCB ਲੈ ਕੇ ਆਏ ਸੀ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਜੇ ਅਸੀਂ, ਉਹ ਕਹਿੰਦੇ ਜੀ ਅਸੀਂ ਤੋੜਨ ਆਇਆ ਸੀ ਕਿ ਕਿਉਂ ਤੋੜ ਰਿਹਾ ਜੀ, ਕਹਿੰਦੇ ਤੁਸੀਂ ਤੁਹਾਨੂੰ ਲੈਟਰ ਦਿੱਤੀ ਹੈ, ਤੁਸੀਂ ਜਵਾਬ ਸੀਗਾ ਲੈਟਰ, ਤੁਸੀਂ ਦੱਸੋ ਸਾਨੂੰ ਕਿਹੜੀ ਤੋੜਨ ਦੀ, ਤੁਸੀਂ ਆਇਓ ਲੈਟਰ ਦੱਸੋ ਸਾਨੂੰ, ਕਹਿੰਦੇ ਤੁਸੀਂ ਇੱਥੇ ਕਬਜ਼ਾ ਕਰਕੇ ਬੈਠੇ ਹੋ, ਅਸੀਂ ਕਬਜ਼ਾ ਕਰਕੇ ਬੈਠੇ, ਤੁਸੀਂ ਦੱਸੋ ਇਹ ਬਿਮਾਰ ਗਾਵਾਂ ਦੀ ਅਸੀਂ ਸੇਵਾ ਕਰ ਰਹੇ ਹਾਂ, ਜੇ ਸਾਨੂੰ ਜਗ੍ਹਾ ਦਿੱਤੀ ਗਈ ਅਸੀਂ ਤਾਂ ਹੀ ਬੈਠੇ ਹਾਂ ਜੀ। DC ਮੈਡਮ ਨੇ ਅਲੋਟ ਕੀਤੀ ਹੈ ਜੀ, ਹਾਂਜੀ ਇਹਦੇ ਵਾਸਤੇ ਲੈਟਰ ਦਿੱਤੀ, ਸਾਡਾ ਬਿਜਲੀ ਦਾ ਬਕਾਇਦਾ ਮੀਟਰ ਲੱਗਿਆ ਹੋਇਆ ਇੱਥੇ, ਮੀਟਰ ਇੱਦਾਂ ਦਾ ਲੱਗ ਨਹੀਂ ਜਾਂਦੇ ਜੀ ਬਿਜਲੀ ਦੇ, ਤੇ ਫਾਈਲ ਅੱਗੇ ਚੱਲ ਰਹੀ ਹੈ ਕਾਰਪੋਰੇਸ਼ਨ ਅੱਗੇ, ਤੇ ਇਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਵੀ ਅਸੀਂ 2 ਦਿਨ ਦਾ ਟਾਈਮ ਦਿਓ, ਜੇ ਤੁਹਾਨੂੰ ਕੋਈ ਇੱਦਾਂ ਦੀ ਗੱਲ ਆ ਜੀ ਤੁਹਾਨੂੰ ਕਾਗਜ਼ ਪੱਤਰ ਲਿਆ ਕੇ ਦੇ ਦਾਂਗੇ, ਪਰ ਇੱਦਾਂ ਦਾ ਕੁਝ ਨਹੀਂ, ਇਹਨਾਂ ਨੇ ਆ ਕੇ ਜ਼ਬਰਦਸਤੀ ਕੰਧ ਤੋੜਤੀ ਜੀ, ਫਿਰ ਅਸੀਂ ਅੱਗੇ ਵਿਰੋਧ ਕੀਤਾ ਇਹਨਾਂ ਦਾ, ਤੇ ਉਹਨਾਂ ਕਹਿ ਰਹੇ ਅਸੀਂ ਫੋਰਸ ਲੈ ਕੇ ਆ ਰਹੇ ਤੁਹਾਡੀ ਕੰਧ ਸਾਰੀ ਗਊਸ਼ਾਲਾ ਤੋੜਾਂਗੇ, ਅੰਦਰ 120 ਗਾਵਾਂ ਆ ਉਹ ਕਿੱਥੇ ਜਾਣਗੀਆਂ, ਬਿਮਾਰ ਐਕਸੀਡੈਂਟਲ ਗਾਵਾਂ ਨੇ, ਤੁਸੀਂ ਦੱਸੋ ਹੁਣ। ਅਫਸਰ ਆਏ ਸੀ JEE ਸਾਹਿਬ, ਕਹਿੰਦੇ ਵੀ ਤੁਹਾਨੂੰ ਨੋਟਿਸ ਦਿੱਤਾ, ਤੁਸੀਂ ਉਹਦਾ ਜਵਾਬ ਦਿੱਤਾ, ਅਸੀਂ ਕਿਹਾ ਸਾਨੂੰ 1-2 ਦਿਨ ਦਾ ਟਾਈਮ ਦੇ ਦਿਓ, ਅਸੀਂ ਤੁਹਾਡੇ ਨਾਲ ਮਤਲਬ ਕਿ ਗੱਲ ਕਰ ਲਾਂਗੇ, ਠੀਕ ਹੈ ਜੀ। ਤੇ ਉਹ ਕਹਿੰਦੇ ਨਹੀਂ, ਉਹਨਾਂ ਨੇ JCB ਲਿਆ ਕੇ ਜ਼ਬਰਦਸਤੀ ਸਾਡੀ ਦੀਵਾਰ ਗਿਰਾ ਦਿੱਤੀ, ਜਦੋਂ ਕਿ ਉਹਨਾਂ ਕੋਲ ਕੋਈ ਮਤਲਬ ਕਿ ਆਰਡਰ ਨਹੀਂ ਸੀਗੇ ਗਿਰਾਉਣ ਦੇ। ਉਹ ਬਿਲਕੁਲ ਇੰਡਸ ਹਸਪੀਟਲ ਦੀ ਜਿਹੜੀ ਸਾਂਝੀ ਦੀਵਾਰ ਹੈ ਸਾਡੀ, ਉਹ ਤੋੜੀ ਗਈ ਹੈ, ਇੰਡਸ ਹਸਪੀਟਲ ਦੇ ਅੰਦਰੋਂ ਐਂਟਰ ਕੀਤੀ ਹੈ। ਜਦੋਂ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਬਾਰ ਬਾਰ, ਕਿਹਾ ਵੀ ਤੁਸੀਂ ਸਾਨੂੰ ਥੋੜ੍ਹਾ ਟਾਈਮ ਦਿਓ, ਤੁਸੀਂ ਜੋ ਵੀ ਐਕਸ਼ਨ ਲੈਣਾ ਲੈ ਲੈਣਾ, ਸਾਨੂੰ ਕੋਈ ਨਹੀਂ, ਮਤਲਬ ਪਹਿਲਾਂ ਗਊਆਂ ਦਾ ਇੰਤਜ਼ਾਮ ਕਰੋ, ਜਿਹੜੀਆਂ ਗਊਆਂ ਦੀ ਇੱਕ ਇੱਕ ਗੌਰਮੈਂਟ ਦੀ ਜ਼ਿੰਮੇਵਾਰੀ ਹੈ ਕਿ ਗਊਆਂ ਦੀ ਸੰਭਾਲ ਕਰਨਾ, ਫੱਟੇ ਜ਼ਖਮੀ ਗਊਆਂ ਤੇ ਸੜਕਾਂ ਤੇ ਰੁਲਦੀਆਂ ਰਹਿੰਦੀਆਂ, ਇੱਕ ਇੱਕ ਕਰਕੇ ਗਊਆਂ ਤਾਂ ਇਹ ਲਿਆਂਦੀ ਗਈ ਹੈ ਤੇ ਇਹਨਾਂ ਦਾ ਇਲਾਜ ਪ੍ਰੋਪਰਲੀ ਪਬਲਿਕ ਦੇ ਸਹਿਯੋਗ ਨਾਲ ਕੀਤਾ ਜਾਂਦਾ, ਇਹ ਕਿਸੇ ਦਾ ਇੱਕ ਦੇ ਬੰਦੇ ਦਾ ਪੈਸਾ ਨਹੀਂ ਲੱਗਿਆ, ਪਬਲਿਕ ਦਾ ਪੈਸਾ ਜਿਹੜਾ ਕਿ ਇਹਨਾਂ ਨੇ ਹੈਰਾਨ ਕਰਕੇ ਚੱਲ ਗਿਆ, ਜੇ ਗੈਰ ਮਤਲਬ ਤੋੜੀ ਹੈ। Thank you.